ਮੈਂ ਡਾਕਟਰ ਸੁਨਦਰਜੀਤ ਕੁਰਪਟਾ ਲੈਕਚਰਰ ਪੰਜਾਬੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪੋ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਤੇ ਪਿਆਰ ਭਰੂਸਤ ਸਤਿ ਸ਼੍ਰੀ ਅਕਾਲ ਕਹਿੰਦੀ ਆ ਪਿਆਰੇ ਬੱਚਿਓ 락ਡਾਊਨ ਹੈ ਸਾਰੇ ਘਰੋ ਘਰ ਵਿੱਚ ਬੈਠੇ ਹੋ ਪਰ ਪੜਾਈ ਵੀ ਬਹੁਤ ਜ਼ਰੂਰੀ ਹੈ ਜਿਹੜੇ ਕਿ ਤੁਸੀਂ ਅੱਗੇ ਵੀ ਬਹੁਤ ਪਿੱਛੇ ਰਹਿ ਚੁੱਕੇ ਜੀ ਇਸ ਲਈ ਅਸੀਂ ਤੁਹਾਨੂੰ ਕੋਈ ਨਾ ਕੋਈ ਪਾਠ ਰੋਜ਼ਾਨਾ ਪੜ੍ਹਾਉਂਦੇ ਆ ਤੇ ਅੱਜ ਦਾ ਜੋ ਪਾਠ ਹੈ ਆ ਉਹ ਲਾਜ਼ਮੀ ਪੰਜਾਬੀ 12ਵੀਂ ਜਮਾਤ ਕਹਾਣੀ ਆ ਕਰਜਾ ਆਪਣੇ ਇਸ ਦੇ ਵਿੱਚ ਪੁਰਾਣੇ ਸੱਭਿਆਚਾਰ ਨੂੰ ਲੇਖਕ ਨੇ ਕਹਾਣੀਕਾਰ ਨੇ ਬਿਆਨ ਕੀਤਾ ਸੋ ਤੁਹਾਡੇ ਨਾਲ ਕਹਾਣੀ ਸਾਂਝੀ ਕਰ ਰਹੇ ਪਿਆਰੇ ਬੱਚਿਓ ਕਹਾਣੀ ਕਰਜਾ ਆਪਣੇ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਕਹਾਣੀਕਾਰ ਗੁਲਜਾ ਸਿੰਘ ਸੰਧੂ ਨਾਲ ਵੀ ਜਾਣ ਪਛਾਣ ਕਰੀਏ ਗੁਲਜ਼ਾਰ ਸਿੰਘ ਸੰਧੂ ਸ਼੍ਰੀਮਤੀ ਗੁਰਚਰਨ ਕੌਰ ਮਾਤਾ ਸਰਦਾਰ ਹਰੀ ਸਿੰਘ ਪਿਤਾ ਦੇ ਘਰ 27 ਫਰਵਰੀ 1935 ਈਸਵੀ ਨੂੰ ਪਿੰਡ ਕੋਟਲਾ ਬਡਲਾ ਜ਼ਿਲ੍ਹਾ ਲੁਧਿਆਣਾ ਵਿਖੇ ਇਹਨਾਂ ਦਾ ਜਨਮ ਹੋਇਆ ਤੇ ਵਿਦਿਆ ਇਹਨਾਂ ਨੇ ਐਮ ਅੰਗਰੇਜ਼ੀ ਹਾਸਲ ਕੀਤੀ ਤੇ ਆਪ ਵੱਖ-ਵੱਖ ਵਿਭਾਗਾਂ ਵਿੱਚ ਅਧਿਕਾਰੀ ਪਦਾਂ ਤੇ ਰਹੇ ਇਸ ਤੋਂ ਬਿਨਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੱਤਰਕਾਰੀ ਵਿਭਾਗ ਵਿੱਚ ਪ੍ਰੋਫੈਸਰ ਵੀ ਰਹੇ ਹਨ ਉਹ ਪੰਜਾਬੀ ਟ੍ਰਿਬਿਊਨ ਤੇ ਦੇਸ਼ ਸੇਵਕ દੈਨਕ ਅਖਬਾਰਾਂ ਦੇ ਸੰਪਾਦਕ ਵੀ ਰਹਿ ਹੁਸਨ ਦੇਹਾਣੀ ਇੱਕ ਸਾਂਝ ਪੁਰਾਣੀ ਸੋਨੇ ਦੀ ਇੱਟ ਅਮਰ ਕਥਾ ਗਮਲੇ ਦੀ ਵੀਰ ਅਤੇ ਰੁੱਦਨ ਬਿੱਲੀਆਂ ਦਾ ਉਹਨਾਂ ਦੇ ਮੁੱਖ ਕਹਾਣੀ ਸੰਗ੍ਰਹਿ ਹਨ ਉਹਨਾਂ ਦੇ ਕਹਾਣੀ ਸੰਗ੍ਰਹਿ ਅਮਰ ਕਥਾ ਨੂੰ ਸਾਹਿਤ ਕਾਦਮੀ ਵੱਲੋਂ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਉਹਨਾਂ ਨੂੰ ਕਰਤਾਰ ਸਿੰਘ ਧਾਰੀਵਾਲ ਪੁਰਸਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਾਹਿਤ ਸ਼੍ਰੋਮਣੀ ਪੁਰਸਕਾਰ ਮਿਲਿਆ। ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰੋਫੈਸਰ ਐਮਰੇਟਸ ਵੀ ਲਾਇਆ ਗਿਆ। ਤੇ ਜਿਹੜੀ ਤੁਹਾਡੇ ਬੱਚਿਓ 12ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਕਹਾਣੀ ਆ ਗੁਲਜਾਰ ਸਿੰਘ ਸੰਧੂ ਦੀ ਘਰ ਜਾ ਆਪਣੇ। ਇਸ ਦੇ ਵਿੱਚ ਉਹਨਾਂ ਨੇ ਕੀ ਦੱਸਣ ਦੀ ਕੋਸ਼ਿਸ਼ ਕੀਤੀ ਆ। ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਕਹਾਣੀ ਵਿੱਚ ਪਹਿਲਾਂ ਉਹ ਵੇਖ ਲਿਏ ਇਸ ਵਿੱਚ ਉਹਨਾਂ ਨੇ ਰੀਤੀ ਰਿਵਾਜ ਪੰਜਾਬ ਦੇ ਰੀਤੀ ਰਿਵਾਜ ਪੰਜਾਬ ਦੇ ਪਿੰਡੂ ਸੱਭਿਆਚਾਰ ਦਾ ਚਿੱਤਰਣ ਪੇਸ਼ ਕੀਤਾ ਹੈ ਉਸ ਸਮੇਂ ਦੇ ਵਿਆਹ ਦੇ ਮਾਹੌਲ ਅਤੇ ਆਪਸੀ ਰਿਸ਼ਤਿਆਂ ਨੂੰ ਇਹ ਕਹਾਣੀ ਉਜਾਗਰ ਕਰਦੀ ਹੈ ਵਿਆਹ ਨਾਲ ਸੰਬੰਧਿਤ ਰਸਮਾਂ ਤਿਆਰੀਆਂ ਤੇ ਭੈਣ ਭਰਾ ਦੇ ਪਿਆਰ ਤੇ ਮਾਣ ਮਰਿਆਦਾ ਨੂੰ ਬਹੁਤ ਸ਼ਿੱਦਤ ਨਾਲ ਇਸ ਕਹਾਣੀ ਵਿੱਚ ਬਿਆਨ ਕੀਤਾ ਗਿਆ ਹੈ ਤਉ ਸੁੰਦੇ ਆ ਕਹਾਣੀ ਕਰ ਜਾ ਆਪਣੇ ਇਸ ਘਰ ਵਿੱਚ ਪਿਛਲੇ 40 ਵਰਿਆਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ 40 ਕੁ ਵਰੇ ਪਹਿਲਾਂ ਜੀਤੋ ਦੇ ਬਾਪੂ ਦਾ ਵਿਆਹ ਹੋਇਆ ਸੀ ਤੇ ਹੁਣ ਮਸਾ ਮਸਾ ਉਸ ਦੇ ਵੀਰ ਦੀ ਉਮਰ ਆਈ ਸੀ ਵਿਆਹ ਕਰਵਾਉਣ ਦੀ ਪਰ ਉਹ ਮੰਨਦਾ ਹੀ ਨਹੀਂ ਸੀ ਜੀਤੋ ਦੇ ਚਾਚੇ ਚਾਚੀਆਂ, ਮਾਮੇ मामੀਆਂ, ਜੀਤੋ ਦੀਆਂ ਦੂਰੋਂ ਨੇੜਿਓਂ ਲੱਗਦੀਆਂ ਭਾਬੀਆਂ, ਜੀਤੋ ਦੀਆਂ ਆਪਣੀਆਂ ਸਹੇਲੀਆਂ ਜੀਤੋ ਦੇ ਵੀਰ ਨੂੰ ਅਲਾਂਬੇ ਦਿੰਦੀਆਂ ਕਿਉਂ ਉਹਨਾਂ ਨੂੰ ਇਕੱਠੇ ਮਿਲ ਕੇ ਬੈਠਣ ਦਾ ਮੌਕਾ ਨਹੀਂ ਸੀ ਦਿੰਦਾ। ਵਿਆਹ ਇੱਕੋ ਇੱਕ ਮੌਕਾ ਹੁੰਦਾ ਹੈ ਜਦੋਂ ਇਕੱਠੇ ਹੋ ਕੇ ਬੈਠੀਦਾ ਹੈ। ਪਰ ਜੀਤੋ ਦਾ ਵੀਰ ਸੀ ਕਿ ਮੰਨਣ ਵਿੱਚ ਹੀ ਨਹੀਂ ਸੀ ਆਉਂਦਾ। ਤੇ ਫੇਰ ਕਰਦਿਆਂ ਨੇ ਆਪਣਾ ਚਾਹ ਪੂਰਾ ਕਰਨ ਦਾ ਇੱਕ ਹੋਰ ਤਰੀਕਾ ਲੱਭ ਲਿਆ। ਜੀਤੋ ਦੇ ਵੀਰ ਦੀ ਥਾਂ ਜੀਤੋ ਦਾ ਹੀ ਵਿਆਹ ਚਾਹ ਦਿੱਤਾ ਅੰਗਾ ਸਾਕਾਂ ਨੇ ਵੀ ਸੋਚਿਆ ਕਿ ਰਾਲ ਬੈਠਣ ਦਾ ਚੰਗਾ ਬਹਾਨਾ ਸੀ ਵੱਡੀ ਗੱਲ ਇਹ ਹੈ ਕਿ ਸਭ ਦੇ ਸਿਰ ਦਾ ਭਾਰ ਹੌਲਾ ਹੁੰਦਾ ਸੀ ਕਿਸੇ ਦੀ ਜੀਤੋ ਭਾਣ ਜੀ ਸੀ ਕਿਸੇ ਦੀ ਭਤੀਜੀ ਸੀ ਕਿਸੇ ਦੀ ਜੀਤੋ ਨਾਨਾਂ ਸੀ ਕਿਸੇ ਦੀ ਜੀਤੋ ਪੋਤਰੀ ਤੇ ਕਿਸੇ ਦੀ ਦੋਤਰੀ ਸੀ ਇੱਕ ਜੀਤੋ ਨੂੰ ਵਿਆਇਆ ਸਭ ਦਾ ਪੁੰਨ ਹੁੰਦਾ ਸੀ ਤੇ ਸਾਰਿਆਂ ਦਾ ਸਿਰ ਦਾ ਬੋਝ ਹੌਲਾ ਹੁੰਦਾ ਸੀ ਤੇ ਨਾਲੇ ਜੀਤੋ ਦੇ ਵੀ ਇਦਾਂ ਕੀ ਪਤਾ ਸੀ ਕਦੋਂ ਮੰਨਦਾ ਕੁੜੀਆਂ ਨੂੰ ਇੱਕ ਘਰ ਥੋੜੀ ਬਿਠਾਈ ਰੱਖਦਾ ਹੈ 17ਵਾਂ ਸਾਲ ਜੀਤੋ ਨੂੰ ਲੱਗ ਗਿਆ ਸੀ ਕੋਈ ਨਿਆਣੀ ਥੋੜੀ ਸੀ ਸਾਰੇ ਅੰਗਸਾਖ ਤੇ ਰਿਸ਼ਤੇਦਾਰ ਕਹਿੰਦੇ ਜੀਤੋ ਲਈ ਮੁੰਡਾ ਲੱਭ ਲਿਆ ਗਿਆ ਤੇ ਘਰ ਵਿੱਚ ਜੀਤੋ ਦਾ ਵਿਆਹ ਕਰਨ ਦੀਆਂ ਸਲਾਹਾਂ ਹੋਣ ਲੱਗ ਪਈਆਂ ਕਰਦਿਆਂ ਕਰਾਉਂਦਿਆਂ ਵਿਆਹ ਵੀ ਸਿਰ ਤੇ ਆ ਗਿਆ ਵਿਆਹ ਦੇ ਕਮਸਾਨ ਵਿੱਚ ਜੀਤੋ ਦੇ ਵੀਰ ਦੀ ਮੱਤ ਮਾਰੀ ਗਈ ਇੱਕ ਕੰਮ ਉੱਕਦਾ ਸੀ ਤੇ ਦੂਜਾ ਉਸ ਲਈ ਤਿਆਰ ਹੁੰਦਾ ਸੀ ਜੀਤੋ ਦੇ ਮਾਪਿਆਂ ਦੀ ਘਰ ਦੇ ਕੰਮਾਂ ਵਿੱਚ ਹੀ ਮਤ ਮਾਰੇ ਗਏ ਸੀ ਬਾਹਰ ਦਾ ਸਾਰਾ ਕੰਮ ਜੀਤੋ ਦੇ ਵੀਰ ਨੇ ਹੀ ਕਰਨਾ ਸੀ ਬਰਾਤ ਟੁੱਕਣ ਵਿੱਚ ਕੇਵਲ ਇੱਕ ਦਿਨ ਰਹਿ ਗਿਆ ਸੀ ਘਰ ਵਿੱਚ ਭੱਜ ਦੌੜ ਹੋਰ ਵੀ ਤੇਜ਼ ਹੋ ਗਈ ਆਨੰਦ ਕਾਰਜ ਉੱਤੇ ਆਉਣ ਵਾਲੇ ਰਾਗੀਆਂ ਨੇ ਵੀ ਹਾਲੀ ਪੱਕੀ ਤਰ੍ਹਾਂ ਹਾਂ ਨਹੀਂ ਸੀ ਕੀਤੀ ਖਾਣੇ ਤੋਂ ਪਿੱਛੋਂ ਬਰਾਤੀਆਂ ਨੂੰ ਫਲ ਦੇਣੇ ਵੀ ਜ਼ਰੂਰੀ ਸਨ ਤੇ ਖਰੀਦਣ ਦਾ ਹਾਲੇ ਕਿਸੇ ਨੂੰ ਚਿੰਤਾ ਨਹੀਂ ਸੀ ਨਾਲ ਦੇ ਪਿੰਡਾਂ ਵਿੱਚੋਂ ਖਾਣਾ ਖਾਣ ਲਈ ਮੇਜ਼ ਕੁਰਸੀਆਂ ਵੀ ਇਕੱਠੀਆਂ ਕਰਨੀਆਂ ਸਨ ਤਾਤ ਦੇ ਬਰਤਨਾ ਵਿੱਚ ਅੱਜਕੱਲ ਕੋਈ ਨਹੀਂ ਸੀ ਖਾਉਂਦਾ ਤੇ ਪਿੱਚ ਪਿਆਲੀਆਂ ਆਦੀ ਸਮਾਨ ਵੱਡੇ ਸ਼ਹਿਰ ਤੋਂ ਨੇੜੋਂ ਕਿਧਰੋਂ ਮਿਲਦਾ ਨਹੀਂ ਸੀ ਹੁਣੇ-ਹੁਣੇ ਡਾਕੀਆ ਚਿੱਠੀ ਫੜਾ ਗਿਆ ਸੀ ਮੁੰਡੇ ਵਾਲੇ ਨੇ ਲਿਖਿਆ ਸੀ ਕਿ ਉਹ ਬਿਸਤਰੇ ਨਹੀਂ ਲਿਆ ਰਿਹਾ ਪਿੰਡ ਵਿੱਚ ਹੀ ਬਿਸਤਰੇ ਇਕੱਠੇ ਕਰਨਾ ਹੋਰ ਵੀ ਔਖਾ ਸੀ ਵਿਆਹ ਵਾਲੇ ਘਰ ਆਈ ਚੀਜ਼ ਤਾਂ ਮੈਲੀ ਤੇ ਬਰਾਤੀ ਛੱਡਦੇ ਹੀ ਕੀ ਨੇ ਇੱਕ ਦਿਨ ਵਿੱਚ ਹੀ ਸਵਾ ਵਰਗੀ ਕਰ ਦਿੰਦੇ ਨੇ ਜੁੱਤੀਆਂ ਸਾਰਖਿਓ ਬਿਸਤਰਿਆਂ ਦੀਆਂ ਚਾਦਰਾਂ ਨਾਲ ਪੁੰਝਦੇ ਸਨ ਇਸ ਲਈ ਮੰਗਣ ਤੇ ਵੀ ਕਿਹੜੀ ਕੋਈ ਚੀਜ਼ ਸੌਖੀ ਮਿਲ ਜਾਣੀ ਸੀ ਮੁਠੀਕ ਸਾਨ ਪਿੰਡ ਸੀ ਉਹਨਾਂ ਦਾ ਉਹਨਾਂ ਵਿੱਚ ਤਾਂ ਪਲਾ ਲੱਭਣਾ ਹੀ ਕੀ ਸੀ ਸ਼ਾਮ ਨੂੰ ਨਾਨ ਕੀ ਸ਼ੱਕ ਲੈ ਕੇ ਨਾਨਕੇ ਆ ਗਏ ਆਪਣੇ-ਆਪਣੇ ਤਿਆਰ ਕੀਤੇ ਕੱਪੜੇ ਲੱਤੇ ਲੈ ਕੇ ਜੀਤੋ ਦੀਆਂ ਭੂਆ ਆ ਗਈਆਂ ਬਣਦਾ ਸਰਦਾ ਕੰਨਿਆਂ ਦਾ ਲੈ ਕੇ ਸਾਰੇ ਅੰਗ ਸੰਗ ਜੀਤੋ ਦੇ ਪਿੰਡ ਪਹੁੰਚ ਗਏ ਉਹ ਪਿੰਡ ਜਿੱਥੇ ਹੁਣ ਤੱਕ ਜੀਤੋ ਨੇ ਸੇਲ ਹੰਡਾਏ ਸਨ ਜਿੱਥੇ ਜੀਤੋ ਗੁੱਡੀਆਂ ਪਟੋਲਿਆਂ ਨਾਲ ਖੇਡੀ ਸੀ ਜਿੱਥੇ ਹੁਣ ਤੱਕ ਜੀਤੋ ਨੇ ਤਰਿੰਜਣਾ ਵਿੱਚ ਬਹਿ ਕੇ ਕੱਤਿਆ ਸੀ ਜਿੱਥੇ ਜੀਤੋ ਨੇ ਤੀਆਂ ਦੀਆਂ ਪਿੰਗਾ ਝੂਟੀਆਂ ਸਨ ਤੇ ਜਿੱਥੋਂ ਜਿੱਥੇ ਜੀਤੋ ਦੇ ਕੱਖਾਂ ਸਾਰਖਿਆ ਨਾਲ ਜੀਤੋ ਦਾ ਮੋਹ ਪਾਇਆ ਗਿਆ ਸੀ ਇਹ ਸਭ ਕੁਝ ਬਾਰੇ ਸੋਚ ਕੇ ਜੀਤੋ ਉਦਾਸ ਹੋ ਗਈ ਸੀ ਦੂਜੇ ਦਿਨ ਸਵੇਰੇ 3 ਵਜੇ ਜੀਤੋ ਨੂੰ ਉਠਾ ਲਿਆ ਗਿਆ ਉਸ ਨੂੰ ਫੇਰਿਆਂ ਵਾਲਾ ਲਾਲ ਸੂਟ ਪਹਿਨ ਆਇਆ ਗਿਆ ਲਾਲ ਪਰਾਂਦਾ ਉਸ ਦੀ ਗੁੱਤ ਵਿੱਚ ਗੁੰਦਿਆ ਗਿਆ ਕੁਝ ਸਹੁਰਿਆਂ ਵੱਲੋਂ ਆਏ ਕੁਝ ਨਾਨਕਿਆਂ ਤੋਂ ਆਏ ਕਈ ਪ੍ਰਕਾਰ ਦੇ ਗਹਿਣਿਆਂ ਨਾਲ ਉਸ ਨੂੰ ਸ਼ਿੰਗਾਰ ਦਿੱਤਾ ਗਿਆ ਜੀਤੋ ਨੂੰ ਇਹ ਸਭ ਕੁਝ ਵੇਖ ਕੇ ਰੋਣ ਆ ਗਿਆ ਕਿ ਸਾਰੇ ਦੇ ਸਾਰੇ ਅੰਗ ਸਾਖ ਤੇ ਸਖੀਆਂ ਸਹੇਲੀਆਂ ਉਸ ਨੂੰ ਉਸਦੀ ਜਨਮ ਤੋਂ ਵਿੱਚੋਂ ਕੱਢਣ ਦੀਆਂ ਤਿਆਰੀਆਂ ਕਰ ਰਹੀਆਂ ਸਨ ਕਿਵੇਂ ਕੋਈ ਵੀ ਉਸ ਦਾ ਸਾਥ ਨਹੀਂ ਸੀ ਦੇ ਰਿਹਾ ਰੋਂਦੀ ਕਰ ਲਾਉਂਦੀ ਜੀਤੋ ਨੂੰ ਚੁੱਪ ਕਰਵਾ ਕੇ ਅਨੰਦਾ ਵਾਸਤੇ ਬਿਠਾ ਦਿੱਤਾ ਗਿਆ ਹੁਣ ਉਸ ਨੂੰ ਪਰਨਾ ਕੇ ਲੈ ਜਾਣ ਵਾਲਾ ਉਸਦੇ ਬਰਾਬਰ ਬੈਠਾ ਸੀ ਉਹ ਇਸ ਵੇਲੇ ਕੁਝ ਸੋਚ ਰਹੀ ਸੀ ਸ਼ਾਇਦ ਕੁਝ ਵੀ ਨਹੀਂ ਸੀ ਸੋਚ ਰਹੀ ਅਨੰਦ ਕਾਰਜ ਕਰਵਾਉਣ ਵਾਲਾ ਭਾਈ ਉਸ ਨੂੰ ਸਿੱਖਿਆ ਦੇ ਸਿੱਖਿਆ ਦੇ ਰਿਹਾ ਸੀ ਕਿ ਹੁਣ ਜੀਤੋ ਨੇ ਆਪਣੇ ਮਾਪੇ ਛੱਡ ਕੇ ਆਪਣੇ ਸਹੁਰੇ ਘਰ ਚਲੇ ਜਾਣਾ ਸੀ। ਉੱਥੇ ਉਸ ਲਈ ਉਸ ਦਾ ਪਤੀ ਹੀ ਪਰਮੇਸ਼ਰ ਸੀ। ਉਸ ਨੂੰ ਹਰ ਕੰਮ ਵਿੱਚ ਉਸ ਦੀ ਸਲਾਹ ਲੈਣੀ ਚਾਹੀਦੀ ਸੀ। ਉਸ ਨੂੰ ਪੁੱਛੇ ਬਿਨਾ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਸੀ ਕਰਨਾ। ਪਤੀ ਪਰਮੇਸ਼ਰ ਨੂੰ ਖੁਸ਼ ਰੱਖਣਾ ਸੀ। ਤੇ ਅਜਿਹਾ ਕਰਨ ਲਈ ਉਸ ਨੂੰ ਨੇਮਣ ਖੇਮਣ ਆਦਿ ਗੁਣ ਪੈਦਾ ਕਰ ਲਈ ਪ੍ਰੇਰਿਆ ਜਾ ਰਿਹਾ ਸੀ ਨਿਮਣ ਸੋ ਅਖਰ ਖਮਣ ਗੁਣ ਜੇਬਾ ਮਣੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਾਸ ਆਵੀ ਕੰਤ ਇਹ ਤੁਕਾਂ ਭਾਈ ਜੀ ਨੇ ਕੁਝ ਇਸ ਪ੍ਰਕਾਰ ਦੇ ਵਿਰਾਗ ਵਿੱਚ ਕਹੀਆਂ ਕਿ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀਆਂ ਸਾਰੀਆਂ ਕੁਆਰੀਆਂ ਕੁੜੀਆਂ ਉਦਾਸ ਜੀਆਂ ਹੋ ਗਈਆਂ ਉਹਨਾਂ ਨੂੰ ਆਉਣ ਵਾਲਾ ਉਹ ਸਮਾਂ ਚੇਤੇ ਆ ਗਿਆ ਜਾ ਦੋਨਾਂ ਨੇ ਵੀ ਆਪਣੇ ਮਾਪਿਆਂ ਦੀ ਜਾਣੀ ਪਛਾਣੀ ਧਰਤੀ ਨੂੰ ਛੱਡ ਕੇ ਅਣਜਾਣ ਭੋਂ ਵਿੱਚ ਕਿਸੇ ਅਣਜਾਣ ਬੰਦੇ ਨਾਲ ਜਾ ਵਸਣਾ ਸੀ ਉਸ ਬੰਦੇ ਨਾਲ ਜਿਸ ਨੂੰ ਉਹਨਾਂ ਨੇ ਕਦੀ ਨਹੀਂ ਸੀ ਵੇਖਿਆ ਜਿਹੜਾ ਪਤਾ ਨਹੀਂ ਕਿਹੋ ਜਿਹਾ ਸੁਭਾਅ ਦਾ ਸੀ ਉਹ ਸਭ ਉਦਾਸ ਸਨ ਉਹਨਾਂ ਦੇ ਮਾਪੇ ਉਦਾਸ ਸਨ ਉਹਨਾਂ ਦੇ ਭੈਣ ਭਰਾ ਉਦਾਸ ਸਨ ਜੀਤੋ ਦੇ ਸਮਾਂ ਬਿਲਕੁਲ ਸਿਰ ਉੱਤੇ ਆ ਗਿਆ ਸੀ ਉਸ ਨੇ ਤਾਂ ਉਸੇ ਦੁਪਹਿਰ ਨੂੰ ਤੁਰ ਜਾਣਾ ਸੀ ਆਪਣੀ ਅੰਮੜੀ ਦੇ ਵੇੜੇ ਤੇ ਤਰਿੰਜਨ ਦੇ ਸੇਲੀਆਂ ਤੋਂ ਦੂਰ ਸੰਗਤ ਵਿੱਚ ਛਾਈ ਉਦਾਸੀ ਹੋਰ ਵੀ ਤੀਬਰ ਹੋ ਗਈ ਜਦ ਇੱਕ ਹਰਮੋਨੀਅਮ ਵਾਲੇ ਗਵਈਏ ਨੇ ਫਿਲਮੀ ਗੀਤ ਦੀ ਤਰਜ਼ ਉੱਤੇ ਗਾ ਕੇ ਸੋਹਰੇ ਜਾਣ ਵਾਲੀ ਕੁੜੀ ਦੇ ਆਉਣ ਵਾਲੇ ਸਮੇਂ ਦਾ ਚਿੱਤਰ ਦਰਦਮਈ ਸ਼ਬਦਾਂ ਵਿੱਚ ਖਿੱਚਣਾ ਸ਼ੁਰੂ ਕਰ ਦਿੱਤਾ ਹਰਮੋਨੀਅਮ ਦੀ ਉਦਾਸ ਤੇ ਵੈਰਾਗੀ ਸੁਰ ਦੇ ਨਾਲ ਉਸ ਨੇ ਵੈਣ ਜੇ ਪਾ ਕੇ ਗਾਵੇਂ ਆ ਕਿ ਕਿਸ ਤਰ੍ਹਾਂ ਨਵੀਂ ਥਾਂ ਜਾ ਕੇ ਵਿਯੋਲੀ ਜੀਤੋ ਨੇ ਆਪਣੇ ਮਾਪਿਆਂ ਤੇ ਮਾਂ ਪਿਓ ਜਾਿਆਂ ਨੂੰ ਤਾਂਗਣਾ ਸੀ ਕਿਸ ਤਰ੍ਹਾਂ ਜਦ ਉਹਨਾਂ ਨੇ ਨਹੀਂ ਸੀ ਬੋੜਨਾ ਤਾਂ ਉਸ ਵਿਚਾਰੀ ਨੇ ਵਿਰਥ ਹੀ ਬਨੇਰੇ ਤੋਂ ਕਾਂਡ ਆਉਂਦੀ ਰਹਿਣਾ ਸੀ ਕਾਮਾਂ ਰਏ ਵੀਰਾਂ ਨੂੰ ਮਿਲਣ ਵਾਸਤੇ ਜੀਤੋ ਨੇ ਸਨੇਹਕ ਲਣੇ ਸਨ ਰਾਗੀ ਦੀ ਵੈਰਾਗੀ ਤੇ ਪਰੜਾਈ ਆਵਾਜ਼ ਨੇ ਸਾਰੀ ਦੀ ਸਾਰੀ ਸਾਜ਼ੀ ਨਵਾਜ਼ੀ ਸਾਧ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ ਨਜ਼ਦੀਕੀਆਂ ਦੇ ਨੈਣਾ ਵਿੱਚ ਜਰਾ ਵਧੇਰੇ ਤੇ ਬਾਕੀਆਂ ਦੇ ਨੈਣਾ ਵਿੱਚ ਘਟ ਜੀਤੋ ਦਾ ਵੀਰ ਵੀ ਇਹ ਸਭ ਕੁਝ ਨੂੰ ਸੁਣ ਰਿਹਾ ਸੀ ਉਸ ਦਾ ਮਨ ਵੀ ਉਦਾਸ ਹੋ ਗਿਆ ਸੀ ਉਸ ਤਈ ਸਖੀ ਭੈਣ ਨੇ ਉਸ ਟੱਬਰ ਵਿੱਚੋਂ ਤੁਰ ਜਾਣਾ ਸੀ ਜਿਸ ਬਾਰੇ ਉਹ ਕੁਝ ਨਹੀਂ ਸੀ ਜਾਣਦੀ ਜਿੱਥੇ ਜਾ ਕੇ ਉਸ ਆਪਣੀ ਮਰਜ਼ੀ ਨਹੀਂ ਸੀ ਕਰ ਸਕਣੀ ਉਸ ਦਾ ਦਿਲ ਭਾਰਾ ਹੋ ਗਿਆ ਉਸ ਨੇ ਗੌਣ ਵਾਲੇ ਨੂੰ ਝਿੜਕਵੇਂ ਜਿਹੇ ਲਹਿਜੇ ਵਿੱਚ ਬੋਲ ਕੇ ਉਸ ਦਾ ਬਾਣਾ ਬੰਨ੍ਹ ਗਾਣਾ ਬੰਦ ਕਰਵਾ ਦਿੱਤਾ। ਉਹ ਕਿਸ ਅੱਗੇ ਕਿਸੇ ਅੱਗੇ ਨਹੀਂ ਸੀ ਜ਼ਾਹਿਰ ਹੋਣ ਦੇਣਾ ਚਾਹੁੰਦਾ ਕਿ ਉਸ ਦਾ ਦਿਲ ਵੀ ਕਮਜ਼ੋਰ ਤੇ ਜਜ਼ਬਾਤੀ ਹੈ। ਉਹ ਦ੍ਰਿੜ ਸੀ ਤੇ ਆਪਣੇ ਨੈਣਾਂ ਵਿੱਚ ਆਉਣ ਵਾਲੇ ਹੰਝੂਆਂ ਨੂੰ ਰੋਕ ਕੇ ਆਪਣੀ ਦ੍ਰਿੜਤਾ ਕਾਇਮ ਰੱਖਣੀ ਚਾਹੁੰਦਾ ਸੀ। ਉਸ ਨੇ ਆਪਣੇ ਆਪ ਤੇ ਕਾਬੂ ਜਿਹਾ ਪਾ ਕੇ ਜਿਸ ਬੇਪਰਵਾਹੀ ਨਾਲ ਹਾਰਮੋਨੀਆਂ ਵਾਲੇ ਮੁੰਡੇ ਨੂੰ ਕਿਹਾ ਸੀ ਮੁੰਡੇ ਨੂੰ ਮੰਨਣਾ ਪਿਆ। ਆਨੰਦ ਕਾਰਜ ਦੀ ਰਸਮ ਖਤਮ ਹੋ ਗਈ। ਸਾਰੇ ਆਪਣੀ ਅੱਖਾਂ ਪੁੰਝਦੇ ਭੋਗ ਦਾ ਪ੍ਰਸ਼ਾਦ ਲੈ ਕੇ ਦੁਪਹਿਰ ਦੀ ਰੋਟੀ ਦਾ ਬੰਦੋਬਸਤ ਕਰਨ ਲੱਗ ਪਏ ਜੀਤੂ ਦੇ ਵੀਰ ਨੇ ਆਪਣੇ ਤੋਂ 8-10 ਬਰੇ ਛੋਟੀ ਭੈਣ ਨੂੰ ਬੁੱਕਲ ਵਿੱਚ ਲੈ ਕੇ ਮਹਾਰਾਜ ਦੇ ਹਜ਼ੂਰ ਤੋਂ ਉਠਾਇਆ ਤੇ ਲਿਜਾ ਕੇ ਆਪਣੇ ਘਰ ਅੰਦਰਲੇ ਕਮਰੇ ਵਿੱਚ ਬਿਠਾ ਦਿੱਤਾ ਉਸ ਨੇ ਤੱਕਿਆ ਕਿ ਜੀਤੂ ਨੇ ਰੋ ਰੋ ਕੇ ਅੱਖਾਂ ਸੁਜਾ ਲਈਆਂ ਸਨ ਵਿਆਹ ਵਾਲਾ ਉਸ ਦਾ ਚੋਪ ਹੰਝੂਆਂ ਨਾਲ ਤਰੋਤਰ ਹੋਇਆ ਪਿਆ ਸੀ ਬੱਚੀ ਹੈ ਵਿਚਾਰੇ ਉਸ ਨੇ ਮਨ ਹੀ ਮਨ ਵਿੱਚ ਕਿਹਾ ਸੀ ਮੂਰਖ ਨਹੀਂ ਬਣੀਦਾ ਚੁੱਪ ਕਰ ਉਸ ਨੇ ਆਪਣੀ ਛੋਟੀ ਭੈਣ ਨੂੰ ਝਿੜਕਿਆ ਤੇ ਦੁਪਹਿਰ ਦੀ ਰੋਟੀ ਦੀ ਤਿਆਰੀ ਲਈ ਚਿਉਰੀਆਂ ਤੇ ਪਕਵਾਈਆਂ ਨੂੰ ਤਾੜਨ ਲੱਗ ਪਿਆ ਰੋਟੀ ਬਣੀ ਬਰਾਤੀ ਖਾ ਗਏ ਉਸ ਤੋਂ ਪਿੱਛੋਂ ਦੂਰੋਂ ਨੇੜਿਓਂ ਆਏ ਮੇਲੇ ਵੀ ਖਾ ਬੈਠੇ ਤੇ ਪਿੰਡ ਦਾ ਭਾਈਚਾਰਾ ਤੇ ਕੰਮੀ-ਕਮੇਨ ਵੀ ਫਟਾਫਟ ਖਾਟ ਵਿਛਾ ਦਿੱਤੀ ਗਈ ਪਿੰਡ ਵਾਲੇ ਤੇ ਬਰਾਤੀ ਖਟ ਦੀ ਛਲਾਂਗਾ ਕਰਦੇ ਚਲੇ ਗਏ ਜੀਤੋ ਦੇ ਵੀਰ ਨੂੰ ਆਨੰਦਕਾਰ ਸਮੇਂ ਦੀ ਉਦਾਸੀ ਤੇ ਜੀਤੋ ਦੇ ਹੰਝੂਆਂ ਨਾਲ ਭਿੱਜੇ ਚੋਪ ਸਭ ਭੁੱਲ ਭਲਾ ਗਏ ਐਨ ਉਸ ਸਮੇਂ ਜੀਤੋ ਨੂੰ ਵਿਦਾ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਵਿਆਹਦੜ ਲਾੜੇ ਨੂੰ ਬੁਲਾ ਕੇ ਭਾਈਚਾਰੇ ਤੇ ਅੰਗਾਸਾਕਾਂ ਨੇ ਸਲਾਮੀਆਂ ਪਾਈਆਂ ਜੀਤੋ ਦੀ ਮਾਂ ਨੇ ਜੀਤੋ ਤੇ ਪਰੋਣੇ ਨੂੰ ਬੜੇ ਪਿਆਰ ਨਾਲ ਪਿਆਰ ਦਿੱਤਾ ਤੇ ਸਲਾਮੀ ਦੇ 11 ਰੁਪਏ ਉਸ ਦੀ ਝੋਲੀ ਵਿੱਚ ਪਾ ਦਿੱਤੇ ਪਿੰਡ ਦੀਆਂ ਹੋਰ ਕੁੜੀਆਂ ਜਿਹੜੀਆਂ ਸ਼ਰੀਕੇ ਵਿੱਚ ਜੀਤੋ ਦੀਆਂ ਭੈਣਾਂ ਹੀ ਲੱਗਦੀਆਂ ਸਨ ਆਪਣੇ ਨਵੇਂ ਬਣੇ ਜੀਜੇ ਨੂੰ ਟਿਚਕਰਾਂ ਤੇ ਮਖੌਲ ਕਰਨ ਲੱਗ ਪਈਆਂ ਤੇ ਜੀਤੋ ਦਾ ਵੀਰ ਵੀ ਉਹਨਾਂ ਦੇ ਨਾਲ ਰਲ ਗਿਆ ਜੀਤੋ ਦੀ ਇੱਕ ਬਹੁਤ ਗੁੜੀ ਸਹੇਲੀ ਜਿਹੜੀ ਗਵਾਂਢੀ ਪਿੰਡ ਤੋਂ ਚੱਲ ਕੇ ਆਈ ਸੀ ਤੇ ਜਿਹੜੀ 5ਵੀਂ ਜਮਾਤ ਵਿੱਚ ਜੀਤੋ ਦੀ ਜਮਾਤਣ ਰਹੀ ਸੀ ਜੀਤੋ ਦੇ ਵੀਰ ਕੋਲ ਆ ਕੇ ਰੋਣ ਲੱਗ ਪਈ ਜੀਤੋ ਦੇ ਵੀਰ ਨੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜੀਤੋ ਦੇ ਵੀਰ ਨੂੰ ਜੀਤੋ ਦੇ ਨਾਲ ਸੌਰੀ ਜਾਣਾ ਚਾਹੀਦਾ ਹੈ ਜੀਤੋ ਦੇ ਵੀਰ ਨੇ ਜੀਤੋ ਦੇ ਹਾਨ ਦੀ ਇਸ ਕੁੜੀ ਨੂੰ ਉਸੇ ਤਰ੍ਹਾਂ ਛਿੜਕ ਕੇ ਭੇਜ ਦਿੱਤਾ ਜਿਸ ਤਰ੍ਹਾਂ ਉਹ ਜੀਤੋ ਨੂੰ ਭੇਜ ਦਿਆ ਕਰਦਾ ਸੀ ਤੇ ਫਿਰ ਉਦਾਸੀ ਹੋਈ ਜੀਤੋ ਦੀ ਮਾਂ ਆਈ ਉਸ ਦੀ ਆਪਣੀ ਮਾਂ ਉਸ ਨੇ ਉਹਦੀ ਗੱਲ ਸੁਣੀ ਅਣ ਸੁਣੀ ਕਰ ਦਿੱਤੀ ਵਿਆਦ ਆ ਰਿਤ ਹੁਨਸਾਰ ਕਿਸੇ ਨਾ ਕਿਸੇ ਭਰਾ ਨੇ ਜੀਤੋ ਦੇ ਨਾਲ ਸੌਰੀ ਜਾਣਾ ਸੀ ਤੇ ਜੀਤੋ ਦੇ ਵੀਰ ਨੇ ਆਪਣੇ ਸਭ ਤੋਂ ਛੋਟੇ ਭਰਾ ਦਾ ਨਾਂ ਲੈ ਕੇ ਸਭ ਨੂੰ ਪਰੇ ਹਟਾ ਦਿੱਤਾ ਜਦ بڑے ਮਾਣ ਨਾਲ ਉਸ ਤੇ ਤਾਏ ਦੀ ਵੱਡੀ ਧੀ ਮਨਾਉਣ ਆਈ ਤਾਂ ਜੀਤੋ ਦੇ ਵੀਰ ਨੇ ਉਸ ਨੂੰ ਵੀ ਨਾ ਕਰ ਦਿੱਤੀ ਜੇ ਉਸ ਦੇ ਮੂੰਹ ਇੱਕ ਵਾਰੀ ਨਾ ਨਿਕਲ ਜਾਵੇ ਉਹ ਕਦੇ ਹਾਂ ਨਹੀਂ ਸੀ ਕਰਦਾ ਤਾਏ ਦੀ ਧੀ ਆਪਣਾ ਜਿਹਾ ਮੂੰਹ ਲੈ ਕੇ ਪਰੇ ਚਲੇ ਗਈ ਉਸ ਤੋਂ ਪਿੱਛੋਂ ਹੋਰ ਕਿਸੇ ਦੀ ਹਿੰਮਤ ਨਾ ਪਈ ਕਿ ਜੀਤੋ ਦੇ ਵੀਰ ਨੂੰ ਕੋਈ ਕੁਝ ਕਹੇ ਸਾਰੀ ਦੀ ਸਾਰੀ ਜੰਝ ਵਿਦਾ ਹਉਣ ਲਈ ਤਿਆਰ ਹੋ ਕੇ ਬੱਸ ਵਿੱਚ ਬੈਠ ਗਈ ਜੀਤੋ ਦਾ ਪਰੌਣਾ ਵੀ ਆ ਕੇ ਕਾਰ ਵਿੱਚ ਬੈਠ ਗਿਆ ਜੀਤੋ ਸੀ ਕਿ ਰੋਣ ਤੋਂ ਹੀ ਨਹੀਂ ਸੀ ਹਟਦੀ ਉਸ ਦੀਆਂ ਸਹੇਲੀਆਂ ਤੇ ਛੋਟੀਆਂ ਭੈਣਾਂ ਏਨੀ ਉੱਚੀ ਉੱਚੀ ਰੋ ਰਹੀਆਂ ਸਨ ਕਿ ਕਿਸੇ ਨੂੰ ਕੁਝ ਸੁਣਾ ਹੀ ਨਹੀਂ ਸੀ ਦਿੰਦਾ ਜੀਤੋ ਵੀ ਪਰਲ ਪਰਲ ਰੋਈ ਜਾ ਰਹੀ ਸੀ ਤੇ ਘਰੋਂ ਕਾਰ ਵੱਲ ਪੈਰ ਪੁੱਟਣ ਦਾ ਨਾਂ ਹੀ ਨਹੀਂ ਸੀ ਲੈਂਦੀ ਉਹ ਕਿਸੇ ਦੀ ਸਲਾਮੀ ਸਾਰਖੀ ਆਪਣੇ ਪੱਲੇ ਨਹੀਂ ਸੀ ਪਵਾ ਰਹੀ ਤੇ ਇਹ ਪੈਸੇ ਵੀ ਨਾ ਹੀ ਸੰਭਾਲ ਰਹੀ ਸੀ ਜੀਤੋ ਦਾ ਵੀਰ ਸੀ ਕਿ ਹਾਲੀ ਤੱਕ ਸਲਾਮੀ ਪਾਉਣ ਨਹੀਂ ਸੀ ਆਇਆ ਉਸ ਦਾ ਵਿਚਾਰ ਸੀ ਕਿ ਉਹ ਸਭ ਦੇ ਪਿੱਛੋਂ ਜਦ ਜੀਤੋ ਕਾਰ ਵਿੱਚ ਬੈਠ ਕੇ ਜਾਣ ਲੱਗੇਗੀ ਉਸ ਵੇਲੇ ਉਸ ਨੂੰ ਸਲਾਮੀ ਪਾਵੇਗਾ ਤੇ ਪਿਆਰ ਦੇ ਕੇ ਤੋੜ ਦੇਗਾ ਜੀਤੋ ਦੇ ਤਾਇਆ ਚਾਚਿਆਂ ਤੇ ਪਿਓ ਨੇ ਵੀ ਜੀਤੋ ਦੇ ਵੀਰ ਨੂੰ ਸਮਝਾਇਆ ਕਿ ਉਸ ਨੂੰ ਨਾਲ ਜਾਣ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇ ਨਿਆਣੀ ਕੁੜੀ ਜਿੱਦ ਕਰਦੀ ਹੈ ਤਾਂ ਵਿਆਹ ਵਾਲੇ ਦਿਨ ਉਸ ਦੀ ਇਹ ਜਿੱਦ ਵੀ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਪਰ ਜੀਤੋ ਦੇ ਵੀਰ ਨੇ ਨਾ ਹਾਂ ਕੀਤੀ ਤੇ ਨਾ ਨਾ ਪੱਥਰ ਦਾ ਪੱਥਰ ਉਸੇ ਤਰ੍ਹਾਂ ਖਲੋਤਾ ਰਿਹਾ ਜੰਜ ਦੇ ਤੁਰਨ ਵਿੱਚ ਦੇਰ ਹੋ ਰਹੀ ਸੀ ਸ਼ਾਮ ਦੇ 4 ਵੱਜ ਚੁੱਕੇ ਸਨ ਤੇ ਪੂਰੇ 30 ਮੀਲ ਜਾਂਜੀਆਂ ਨੇ ਜਾਣਾ ਸੀ ਵਿੱਚੋਂ 11 ਮੀਲ ਕੱਚਾ ਰਸਤਾ ਸੀ ਤੇ ਦੋ ਮੀਲ ਬਿਲਕੁਲ ਰੇਤਾ ਜਿੱਥੋਂ ਕਦੇ ਕੋਈ ਬੱਸ ਥੋੜਾ ਕੀਤੇ ਪਾਰ ਨਹੀਂ ਸੀ ਲੰਗੀ ਜਿੱਤੋ ਕਾਰ ਵੱਲ ਪੈਰ ਪੁੱਟਣ ਵਿੱਚ ਨਹੀਂ ਸੀ ਆਉਂਦੀ ਜਿੱਤੋ ਦੇ ਵੀਰ ਨੇ ਘੜੇ ਵੱਲ ਤੱਕਿਆ ਤਾਂ ਸਾਢੇ 5 ਹੋ ਚੁਕੇ ਸਨ ਉਸ ਨੂੰ ਕੁੜੀਆਂ ਦੀ ਮਤ ਉੱਤੇ ਗੁੱਸਾ ਜਿਹਾ ਆਇਆ ਤੇ ਫਟਾਫਟ ਘਰ ਜਾ ਕੇ ਰੋਂਦੀ ਕਰ ਲਾਉਂਦੀ ਸਾਲੂ ਵਿੱਚ ਬਲੇਟੀ ਜਿੱਤੋ ਨੂੰ ਆਪਣੇ ਕਲਾਵੇ ਵਿੱਚ ਉੱਕ ਲਿਆ ਤੇ ਲਿਆ ਕੇ ਕਾਰ ਵਿੱਚ ਬਿਠਾ ਦਿੱਤਾ ਜੀਤੋ ਦੇ ਵੱਡੇ ਤਾਏ ਤੇ ਛੋਟੇ ਚਾਚੇ ਨੇ ਬੜੇ ਪਿਆਰ ਨਾਲ ਜੀਤੋ ਨੂੰ ਤਲਾਸ਼ਾ ਦਿੱਤਾ ਅਤੇ ਸਲਾਮੀ ਪਾ ਕੇ ਪਰੇ ਹਟ ਗਏ ਆਪਣੇ ਵੀਰ ਦੇ ਲੱਕ ਦੁਆਲੇ ਲਿਪਟੀ ਜੀਤੋ ਨੇ ਜਦ ਆਪਣੀਆਂ ਬਾਹਾਂ ਦੇ ਕਸਟ ਲੈ ਕੀਤੀ ਤਾਂ ਜੀਤੋ ਦਾ ਵੀਰ ਵੀ ਆਪਣੀ ਨਿੱਕੀ ਜੀ ਭੈਣ ਨੂੰ ਸਲਾਮੀ ਪਾਉਣ ਲਈ ਆਪਣਾ ਬਟੂਆ ਫਰੋਲਣ ਲੱਗ ਪਿਆ ਜੀਤੋ ਤੇ ਉਸ ਦੀਆਂ ਸਹੇਲੀਆਂ ਦੇ ਰੋ-ਰੋ ਲਾਲ ਹੋਏ ਮੂੰਹ ਵੇਖ ਕੇ ਉਸ ਦਾ ਮਨ ਭਾਰੀ ਜਾ ਹੋ ਗਿਆ ਤੇ ਫੇਰ ਉਸ ਨੂੰ ਆਪਣਾ ਚੇਤਾ ਆ ਗਿਆ ਕਿ ਕਿਸ ਤਰ੍ਹਾਂ ਵਿਆਹ ਲਈ ਤਿਆਰ ਹੁੰਦਾ ਹੁੰਦਾ ਉਹ ਵਿਆਹ ਤੋਂ ਡਰ ਜਾਂਦਾ ਸੀ ਉਹ ਕਿਸੇ ਉਸ ਕੁੜੀ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਸੀ ਜਿਸ ਨੂੰ ਉਹ ਨੇੜਿਓਂ ਨਹੀਂ ਸੀ ਜਾਣਦਾ ਕਿਸੇ ਅਣਜਾਣ ਬੰਦੇ ਨੂੰ ਆਪਣਾ ਅਪਣਾ ਸਕਣਾ ਕਿੰਨਾ ਔਖਾ ਸੀ ਹਾਲਾਂਕਿ ਉਸਦੀ ਬੋਟੀ ਨਹੀਂ ਤਾਂ ਉਸਤੇ ਘਰ ਆ ਕੇ ਭਾਰਤੀ ਮਰਿਆਦਾ ਅਨੁਸਾਰ ਉਸਦੀ ਦਾਸੀ ਬਣ ਕੇ ਰਹਿਣਾ ਸੀ ਹੁਣ ਉਸ ਤੋਂ ਛੋਟੀ ਭੈਣ ਉਸ ਤੋਂ 8-10 ਬਰੇ ਛੋਟੀ ਭੈਣ ਕਿਸੇ ਅਣਜਾਣ ਮੁੰਡੇ ਕੋਲ ਜਾ ਰਹੀ ਸੀ ਉਸ ਦਾ ਕਹਿਣਾ ਮੰਨਣ ਲਈ ਤਿਆਰ ਹੋ ਕੇ ਉਸ ਦੀ ਦਾਸੀ ਬਣ ਲਈ ਜੀਤੋ ਦੇ ਵੀਰ ਨੂੰ ਭਾਈ ਤੇ ਗਵਈਏ ਦੇ ਵਿਰਾਗ ਵਿੱਚ ਪੜੇ ਗਿਆ ਸ਼ਲੋਕ ਦੇ ਗੀਤ ਚੇਤੇ ਆ ਗਏ ਤੇ ਫਿਰ ਉਸ ਨੂੰ ਇਹ ਗੱਲ ਵੀ ਚਿੱਤੇ ਆਏਗੀ ਕਿ ਕਿਸ ਤਰ੍ਹਾਂ ਉਸ ਨੇ ਆਪਣੀ ਭੈਣ ਨੂੰ ਕਦੀ ਕਿਸੇ ਗੱਲੋਂ ਤੰਗ ਨਹੀਂ ਸੀ ਰੱਖਿਆ ਉਦੋਂ ਵੀ ਤੰਗ ਨਹੀਂ ਸੀ ਰੱਖਿਆ ਜਦੋਂ ਨੀਲੋ ਖੇੜੀ ਉਸ ਤੇ ਕੋਲ ਆ ਕੇ 4 ਮਹੀਨੇ ਰਹੀ ਸੀ ਤੇ ਜਦੋਂ ਜੀਤੋ ਨੇ 4 ਮਹੀਨੇ ਆਪਣੇ ਹੱਥੀਂ ਪਕਾ ਚਾਹੀ ਚਾਹੀ ਉਸ ਨੂੰ ਰੋਟੀਆਂ ਖਵਾਈਆਂ ਸਨ ਤੇ ਜਦੋਂ ਮਾਪਿਆਂ ਤੋਂ ਦੂਰ ਬੈਠਾ ਵੀ ਜੀਤੋ ਕਾਰਨ ਮਾਪਿਆਂ ਦਾ ਅਦਰੇਵਾ ਨਹੀਂ ਸੀ ਕਰਦਾ ਹੁਣ ਜੀਤੋ ਦੂਰ ਜਾ ਰਹੀ ਸੀ ਜਿੱਥੇ ਉਸ ਨੂੰ ਸ਼ਾਇਦ ਛੇਤੀ ਮਿਲ ਨਹੀਂ ਸੀ ਆ ਜਾ ਸਕਣਾ ਸ਼ਾਇਦ ਚਿੱਠੀ ਵੀ ਨਹੀਂ ਸੀ ਲਿਖ ਸਕਣੀ ਜਿੱਥੇ ਜੀਤੋ ਦੀ ਕੋਈ ਸਹੇਲੀ ਨਹੀਂ ਸੀ ਜਿੱਥੇ ਉਸ ਨੇ ਕੋਈ ਗੱਲ ਆਪਣੀ ਮਨਮਰਜ਼ੀ ਨਾਲ ਥੋੜੇ ਕੀਤੇ ਨਹੀਂ ਸੀ ਕਰ ਸਕਣੀ ਛਿਣ ਭਰ ਵਿੱਚ ਹੀ ਇਹ ਸਾਰੇ ਦੇ ਸਾਰੇ ਵਿਚਾਰ ਉਸਤੇ ਦਿਲ ਵਿੱਚ ਆਏ ਤੇ ਉਹ ਉਦਾਸ ਹੋ ਗਿਆ ਉਦਾਸ ਚ ਹੈ ਮਾਨ ਨਾਲ ਉਸਨੇ ਆਪਣੇ ਬਟੂਏ ਵਿੱਚੋਂ ਸਾਰੇ ਦੇ ਸਾਰੇ ਪੈਸੇ ਬਿਨਾ ਕਿਸੇ ਗਿਣਤੀ ਕਰਨ ਦੇ ਕੱਢੇ ਤੇ ਜੀਤੋ ਦੇ ਹੱਥ ਉੱਤੇ ਧਰੇ ਜੀਤੋ ਨੂੰ ਪਤਾ ਨਹੀਂ ਕੀ ਹੋਇਆ ਚੰਗੀ ਭਲੀ ਚੁੱਪ ਜੀਤੋ ਇੱਕਦਮ ਫਿਸ ਪਈ ਤੇ ਉਸਨੇ ਆਪਣੇ ਹਥਲੀ ਉੱਤੇ ਥੇਲੀ ਉੱਤੇ ਖਿਲਰੇ ਰੁਪਏ ਕਾਰ ਦੇ ਬਾਹਰ ਸੁੱਟ ਦਿੱਤੇ ਤੇ ਆਪਣੇ ਵੀਰ ਨੂੰ ਜੱਫੀ ਪਾ ਕੇ ਰੋਣ ਲੱਗ ਪਏ ਜੀਤੋ ਦੇ ਵੀਰ ਨੂੰ ਗਾਚ ਆ ਗਿਆ ਡਰਾਈਵਰ ਨੂੰ ਉਸਨੇ ਕਾਰ ਸਟਾਰਟ ਕਰਨ ਦਾ ਇਸ਼ਾਰਾ ਕੀਤਾ ਤੇ ਭਾਰੇ ਜੈ ਮਾਨ ਨਾਲ ਆਪਣੇ ਛੋਟੇ ਭਰਾ ਨੂੰ ਜੀਤੋ ਕੋਲ ਉਠਾ ਕੇ ਆਪਣੇ ਬਾਪੂ ਨੂੰ ਫੜਾ ਦਿੱਤਾ ਤੇ ਆਪ ਜੀਤੋ ਦੇ ਨਾਲ ਵਾਲੀ ਸੀਟ ਉੱਤੇ ਬੈਠ ਗਿਆ ਆਹ ਕੱਪੜੇ ਤਾਂ ਬਦਲ ਐ ਸਬਜੀ ਨਾ ਖਰਾਬ ਹੋਏ ਪਏ ਨੇ ਪਿਓ ਨੇ ਛੋਟੇ ਪੁੱਤਰ ਨੂੰ ਕੁਛੜ ਚੁੱਕਿਆ ਚੁੱਕਦਿਆਂ ਜੀਤੋ ਦੇ ਵੱਡੇ ਵੀਰ ਨੂੰ ਕਿਹਾ ਚੁੱਪ ਕਰ ਹੁਣ ਨਹੀਂ ਤਾਂ ਮਾਰੂਗਾ ਮੈਂ ਆਪਣੇ ਬਾਪ ਦੇ ਬੋਲਾਂ ਨੂੰ ਅਣ ਸੁਣੇ ਕਰਕੇ ਉਸ ਨੇ ਜੀਤੋ ਨੂੰ ਕਿਹਾ ਕਿ ਉਹਨਾਂ ਹੀ ਕੱਪੜਿਆਂ ਨਾਲ ਜੀਤੋ ਦੇ ਨਾਲ ਤੁਰ ਗਿਆ ਪਿਆਰੇ ਬੱਚਿਓ ਇਹ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਬਹੁਤ ਹੀ ਜਜ਼ਬਾਤ ਭਰਪੂਰ ਮੋਹ ਪਿਆਰ ਦੀਆਂ ਗੰਢਾਂ ਭਰਪੂਰ ਕਹਾਣੀ ਹੈ ਜਿਸ ਦੇ ਵਿੱਚ ਪਿਛਲੇ ਸਾਰੇ ਸੱਭਿਆਚਾਰ ਨੂੰ ਬਿਆਨ ਕੀਤਾ ਗਿਆ ਹੈ ਤੇ ਹੁਣ ਅਸੀਂ ਇਸ ਕਹਾਣੀ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪੇਪਰਾਂ ਦੇ ਵਿੱਚ ਆਉਣੇ ਆ ਪ੍ਰਸ਼ਨ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਇਸ ਕਹਾਣੀ ਦੇ ਵਿੱਚੋਂ ਪਹਿਲੋਂ ਛੋਟੇ ਪ੍ਰਸ਼ਨ ਆਉਣਗੇ ਵਸਤੂਨਿਸ਼ਟ ਪ੍ਰਸ਼ਨ ਉਹਨਾਂ ਵਿੱਚੋਂ ਇਹ ਵੀ ਆ ਸਕਦਾ ਕਿ ਇਸ ਕਾਰਜਾ ਆਪਣੇ ਕਹਾਣੀ ਦਾ ਕਹਾਣੀਕਾਰ ਕੌਣ ਹੈ ਉਹ ਜਿਸ ਤਰ੍ਹਾਂ ਤੁਸੀਂ ਇਸ ਕਹਾਣੀ ਦੇ ਵਿੱਚ ਪੜਿਆ ਕਿ ਇਹ ਕਹਾਣੀ ਦਾ ਕਹਾਣੀਕਾਰ ਦਾ ਨਾਮ ਜਿਹੜਾ ਤੁਸੀਂ ਪੜਿਆ ਕਿ ਗੁਲਜ਼ਾਰ ਸਿੰਘ ਸੰਧੂ ਇਸ ਕਹਾਣੀਕਾਰ ਨੂੰ ਲਿਖਣ ਵਾਲੇ ਹਨ ਕਹਾਣੀ ਨੂੰ ਲਿਖਣ ਵਾਲੇ ਕਹਾਣੀਕਾਰ ਨੇ ਤੇ ਉਹ ਇਸ ਤੋਂ ਇਲਾਵਾ ਕਿੰਨਿਆਂ ਵਰਿਆਂ ਤੋਂ ਜੀਤੋ ਹੋਰਾਂ ਦੇ ਘਰ ਵਿੱਚ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ ਕੀ ਆਪਾਂ ਕਹਾਣੀ ਚ ਪੜਿਆ ਸੀ ਪਿਛਲੇ 40 ਸਾਲਾਂ ਤੋਂ ਜੀਤੋ ਹੋਰਾਂ ਦੇ ਘਰ 40 ਵਰੇ ਪਹਿਲਾਂ ਕਿਸ ਦਾ ਵਿਆਹ ਹੋਇਆ ਸੀ ਉਸ ਦੇ ਬਾਪੂ ਦਾ ਕੌਣ ਵਿਆਹ ਲਈ ਨਹੀਂ ਸੀ ਮੰਨਦਾ ਘਰ ਜਾ ਆਪਣੇ ਕਹਾਣੀ ਦਾ ਲਈ ਮੁੱਖ ਪਾਤਰ ਕੌਣ ਹੈ ਜੀਤੋ ਦਾ ਵੀਰ ਵਿਆਹ ਇਕੱਠੇ ਮਿਲ ਕੇ ਬੈਠਣ ਦਾ ਇੱਕੋ ਇੱਕ ਮੌਕਾ ਹੁੰਦਾ ਹੈ ਸਹੀ ਆ ਜਾਂ ਗਲਤ ਆ ਤੁਹਾਡਾ ਕੀ ਉੱਤਰ ਹੋਏਗਾ ਸਹੀ ਹੈ ਘਰਦਿਆਂ ਨੇ ਆਪਣਾ ਚਾਹ ਪੂਰਾ ਕਰਨ ਲਈ ਕਿਹੜਾ ਤਰੀਕਾ ਲੱਭ ਲਿਆ ਜੀਤੋ ਦਾ ਵਿਆਹ ਕਰਨ ਦਾ ਜੀਤੋ ਆਪਣੇ ਵੀਰ ਤੋਂ ਕਿੰਨੀ ਛੋਟੀ ਸੀ 8 10 7 ਜੀਤੋ ਦੀ ਉਮਰ ਕਿੰਨੀ ਸੀ 17 17ਵੇਂ ਸਾਲ ਨੂੰ ਲੱਗਾ ਸੀ ਵਿਆਸਬੰਦੀ ਘਰੋਂ ਬਾਹਰਲੇ ਕੰਮਾਂ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਕਿਸ ਦੀ ਸੀ ਕਿਸ ਦੀ ਸੀ ਜੀਤੋ ਦੇ ਵੀਰ ਦੀ ਬਰਾਤੀਆਂ ਨੂੰ ਖਾਣੇ ਪਿੱਛੋਂ ਖਾਣ ਲਈ ਕੀ ਦੇਣਾ ਸੀ ਫਲ ਜੀਤੋ ਨੇ ਵਿਆਹ ਵਾਲੇ ਦਿਨ ਸਵੇਰੇ ਕਿੰਨੇ ਵਜੇ ਉਠਾਇਆ ਗਿਆ 3 ਵਜੇ ਆਨੰਦਕਾਰ ਸਮੇਂ ਜੀਤੋ ਨੇ ਵਿਵਹਤਾ ਜੀਵਨ ਸੰਬੰਧੀ ਕਿਸ ਨੇ ਸਿੱਖਿਆ ਦਿੱਤੀ ਭਾਈ ਨੇ ਨਿਮਨ ਸੋ ਅੱਖਰ ਖਮਨ ਗੋਲ ਸ਼ਲੋਕ ਕਿਸ ਦੀ ਰਚਨਾ ਹੈ ਸ਼ੇਖ ਫਰੀਦ ਜੀ ਦੀ ਆਨੰਦ ਕਾਰਜ ਕਰਾਉਣ ਵਾਲਾ ਭਾਈ ਜੀਤੋ ਨੂੰ ਕੀ ਸਿੱਖਿਆ ਦੇ ਰਿਹਾ ਸੀ ਸਹੁਰੇ ਘਰ ਵਿੱਚ ਨਿਮਰਤਾ ਤੇ ਅਧੀਨਗੀ ਨਾਲ ਰਹਿਣ ਦੀ ਗਵਈਏ ਨੇ ਕਿਹੜੇ ਸਾਜ਼ ਨਾਲ ਆਪਣਾ ਗਾਣਾ ਗਾਇਆ ਹਰਮੋਨੀਅਮ ਨਾਲ ਜੀਤੂ ਦੇ ਵੀਰ ਨੇ ਗਾਣਾ ਕਿਉਂ ਬੰਦ ਕਰ ਦਿੱਤਾ ਕਿਉਂਕਿ ਉਹ ਬਹੁਤ ਵਿਰਾਗਮਈ ਸੀ ਜੀਤੋ ਦਾ ਕਿਹੜਾ ਕੱਪੜਾ ਉਸ ਤੇ ਹੰਝੂਆਂ ਨਾਲ ਤਾਰੋ ਗਿਆ ਸੀ ਚੋਪ ਜੀਤੋ ਦੀ ਗੂੜੀ ਸਹੇਲੀ ਕਿੱਥੋਂ ਆਈ ਸੀ ਗਵਾਂਢੀ ਪਿੰਡ ਤੋਂ ਜੀਤੋ ਦੀ ਗੂੜੀ ਸਹੇਲੀ ਉਸ ਨਾਲ ਕਿਹੜੀ ਜਮਾਤ ਵਿੱਚ ਪੜਦੀ ਰਹੀ ਸੀ 5ਵੀਂ ਜਮਾਤ ਵਿੱਚ ਸਭ ਤੋਂ ਪਹਿਲਾਂ ਜੀਤੋ ਦੇ ਵੀਰ ਨੂੰ ਜੀਤੋ ਦੇ ਨਾਲ ਉਸ ਤੇ ਸਹਰੇ ਘਰ ਜਾਣ ਲਈ ਕਿਸ ਨੇ ਕਿਹਾ ਉਸ ਦੀ ਗੂੜੀ ਸਹੇਲੀ ਨੇ ਕੋਣ ਜੀਤੋ ਦੇ ਨਾਲ ਉਸਤੇ ਸਹਰੇ ਘਰ ਜਾਣ ਲਈ ਨਹੀਂ ਸੀ ਮੰਨ ਰਿਹਾ ਜੀਤੋ ਦਾ ਵੀਰ ਜੀਤੋ ਦੀ ਘੂੜੀ ਸੇਲੀ ਨੇ ਜੀਤੋ ਦੇ ਵੀਰ ਨੂੰ ਕੀ ਕਿਹਾ ਕਿ ਉਹ ਕੀ ਕਿਹਾ ਕਿ ਉਹ ਸਦਰੇ ਜਾ ਰਹੀ ਜੀਤੂ ਨਾਲ ਆਪ ਜਾਏ ਜੀਤੋ ਦਾ ਵੀਰ ਕਿਸ ਨੂੰ ਜੀਤੋ ਦੇ ਨਾਲ ਉਸਤੇ ਸਹਰੇ ਘਰ ਭੇਜਣਾ ਚਾਹੁੰਦਾ ਸੀ ਆਪਣੇ ਸਭ ਤੋਂ ਛੋਟੇ ਭਰਾ ਨੂੰ ਜੀਤੋ ਦੇ ਵੀਰ ਉਹਨੂੰ ਗੱ ਚ ਕਿਸ ਗੱਲ ਕਰਕੇ ਆ ਗਿਆ ਸਹੁਰੇ ਘਰ ਵਿੱਚ ਜੀਤੋ ਦੀ ਸਥਿਤੀ ਬਾਰੇ ਸੋਚ ਕੇ ਜੀਤੋ ਨੀਲੋ ਖੇੜੀ ਵਿੱਚ ਆਪਣੇ ਵੀਰ ਕੋਲ ਕਿੰਨੇ ਮਹੀਨੇ ਰਹੀ ਸੀ 4 ਮਹੀਨੇ ਅੰਤ ਵਿੱਚ ਜੀਤੋ ਨਾਲ ਉਸ ਤੇ ਸਹੁਰੇ ਘਰ ਕੌਣ ਗਿਆ ਜੀਤੋ ਦਾ ਵੱਡਾ ਵੀਰ ਪਿਆਰੇ ਬੱਚਿਓ ਇਹ ਸੀ ਇਸ ਕਹਾਣੀ ਦੇ ਵਿੱਚ ਛੋਟੇ ਛੋਟੇ ਪ੍ਰਸ਼ਨ ਜਿਹੜੇ ਕਿ ਤੁਹਾਨੂੰ ਪੇਪਰ ਦੇ ਵਿੱਚ ਆਉਣੇ ਆ ਇਸ ਤੋਂ ਇਲਾਵਾ ਇਹ ਪ੍ਰਸ਼ਨ ਵੀ ਆ ਸਕਦਾ ਕਿ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਦੇ ਵਿੱਚ ਜਿਹੜੀ ਆ ਸਾਨੂੰ ਸਿੱਖਿਆ ਮਿਲਦੀ ਆ ਕਿ ਜਿਹੜੇ ਸਾਡੇ ਰੀਤੀ ਰਿਵਾਜ ਵਾ ਅਸਮਾ ਰਿਵਾਜ ਵਾ ਸ਼ੁਰੂ ਤੋਂ ਜਿਸ ਤਰ੍ਹਾਂ ਚੱਲਦੇ ਆ ਰਹੇ ਆ ਉਹਨਾਂ ਦੇ ਮੁਤਾਬਕ ਹੀ ਸਾਨੂੰ ਆਪਣੇ ਸੱਭਿਆਚਾਰ ਜਾਂ ਸਮਾਜ ਦੇ ਵਿੱਚ ਜਿਉਣ ਦਾ ਜੋ ਤਰੀਕਾ ਸਿਖਾਇਆ ਗਿਆ ਬੇਸ਼ੱਕ ਅਸੀਂ ਤਬਦੀਲੀ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਾਂ ਪਰ ਆਪਣੇ ਸੱਭਿਆਚਾਰ ਜਿਹੜਾ ਵਾ ਉਹਨੂੰ ਵੀ ਆਪਣੇ ਨਾਲ ਲੈ ਕੇ ਹੀ ਚੱਲਣਾ ਚਾਹੀਦਾ ਚੰਗੇ ਗੁਣਾਂ ਨੂੰ ਪਨਾਉਣਾ ਚਾਹੀਦਾ ਤੇ ਮਾੜੇ ਜਿਹੜੇ ਔਗਣੇ ਆ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਇਸ ਤੋਂ ਇਲਾਵਾ ਇਹ ਪ੍ਰਸ਼ਨ ਆ ਸਕਦਾ ਕਿ ਜੀਤੂ ਦੇ ਵੀਰ ਦਾ ਸੁਭਾਅ ਕੁਝ ਸਤਰਾਂ ਵਿੱਚ ਲਿਖੋ ਜੀਤੂ ਦਾ ਵੀਰ ਜਿਹੜਾ ਵਾ ਬਹੁਤ ਹੀ ਵਧੀਆ ਸੁਭਾਅ ਦਾ ਮਾਲਕ ਆ ਤੇ ਉਹ ਹਰ ਗੱਲ ਨੂੰ ਬੜੀ ਗੌਰ ਨਾਲ ਬੜੇ ਤਰੀਕੇ ਨਾਲ ਕਰਦਾ ਹੈ ਇਸ ਤੋਂ ਇਲਾਵਾ ਉਹ ਆਪਣੇ ਸੱਭਿਆਚਾਰ ਦੇ ਹਿਸਾਬ ਨਾਲ ਜ਼ਿੰਦਗੀ ਬਸਰ ਕਰਦਾ ਉਹ ਵਿਆਹ ਨਹੀਂ ਕਰਾਉਣਾ ਚਾਹੁੰਦਾ ਕਿਉਂਕਿ ਉਸ ਨੂੰ ਇਹ ਆਪਣੇ ਵਿਆਹ ਤੋਂ ਡਰ ਲੱਗਦਾ ਹੈ ਉਹ ਇੱਕ ਜ਼ਿੰਮੇਵਾਰ ਵਿਅਕਤੀ ਹੈ ਜਦੋਂ ਉਸਦੀ ਭੈਣ ਜੀਤੋ ਦਾ ਵਿਆਹ ਨਿਸ਼ਚਿਤ ਹੋ ਜਾਂਦਾ ਹੈ ਤੇ ਆ ਜਾਂਦਾ ਵਿਆਹ ਤੇ ਉਹ ਇਸ ਨੂੰ ਬੜੇ ਹੀ ਜ਼ਿੰਮੇਵਾਰ ਤਰੀਕੇ ਨਾਲ ਨਿਭਾਉਂਦਾ ਵਾ ਸਾਰੇ ਬਾਹਰ ਦੇ ਕੰਮ ਜਿਹੜੇ ਆ ਉਹ ਆਪ ਕਰਦਾ ਤੇ ਕਿ ਕਿਸ ਤਰ੍ਹਾਂ ਨਾਨਕੀ ਛਕ ਨੇ ਆਉਣਾ ਵਾ ਕਿਸ ਤਰ੍ਹਾਂ ਉਹਨਾਂ ਨੂੰ ਖਾਣਾ ਦੇਣਾ ਵਾ ਕਿਸ ਤਰ੍ਹਾਂ ਬਰਾਤੀਆਂ ਨੂੰ ਉਹ ਵੱਖਰੇ ਵੱਖਰੇ ਕਿਸਮ ਦਾ ਖਾਣਾ ਪਰੋਸਣਾ ਵਾ ਰੋਟੀ ਤੇ ਮਕਰੋ ਫਲ ਦੇਣੇ ਆ ਕਦੋਂ ਫਾਲੇਣ ਦੇ ਜਾਣੇ ਆ ਤੇ ਫਿਰ ਕੱਪੜਾ ਲਿੱਤਾ ਜਿਹੜਾ ਵਾ ਸੁਆਣਾ ਵਾ ਲਿਓਣਾ ਵਾ ਇਹ ਉਸ ਦੀ ਸਾਰੀ ਜ਼ਿੰਮੇਵਾਰੀ ਆ ਤੇ ਬੜੇ ਬਖੂਬੀ ਨਿਭਾਉਂਦਾ ਵਾ ਇਸ ਤੋਂ ਇਲਾਵਾ ਜਿਹੜਾ ਜੀਤੋ ਦਾ ਭਰਾ ਵਾ ਉਹ ਬੜੇ ਦ੍ਰਿੜ ਇਰਾਦੇ ਦਾ ਮਾਲਕ ਹੈ ਉਹ ਆਪਣੀਆਂ ਅੱਖਾਂ ਵਿੱਚ ਆਪਣੀ ਭੈਣ ਦੇ ਪਿਆਰ ਵਿੱਚ ਅਥਰੂ ਨਹੀਂ ਆਉਣ ਦਿੰਦਾ ਉਹਨਾਂ ਨੂੰ ਰੋਕੇ ਰੱਖਦਾ ਹੈ ਫਿਰ ਉਹ ਜਜ਼ਬਾਤੀ ਵੀ ਹੈ ਜਦੋਂ ਰਾਗੀ ਜਿਹੜਾ ਵਾ ਬੜੇ ਦਰਦ ਭਰਪੂਰ ਵਿਛੋੜੇ ਦਾ ਜਿਹੜਾ ਵਾ ਗੀਤ ਸੁਣਾਉਂਦਾ ਵਾ ਫਿਲਮੀ ਸਾਜ਼ ਦੇ ਉੱਤੇ ਤੇ ਉਹ ਉਹਦੇ ਮਨ ਦਾ ਮਨ ਵੀ ਪਸੀਜ ਜਾਂਦਾ ਵਾ ਤੇ ਉਹ ਮਜਬੂਰੀ ਵਾਸ ਉਸ ਨੂੰ ਇਹ ਸਭ ਬੰਦ ਕਰਨ ਲਈ ਕਹਿ ਦਿੰਦਾ ਕਿ ਇਹ ਸਭ ਕੁਝ ਬੰਦ ਕਰ ਦੇ। ਉਹ ਬਹੁਤ ਹੀ ਆਪਣੀ ਭੈਣ ਨੂੰ ਪਿਆਰ ਕਰਦਾ। ਪਹਿਲੋਂ ਉਹ ਕਹਿੰਦਾ ਕਿ ਮੈਂ ਨਹੀਂ ਜਾਣਾ। ਜਿਸ ਤਰ੍ਹਾਂ ਜੱਟਾਂ ਦੀ ਨਾ ਹੁੰਦੀ ਉਹ ਉਸਦੇ ਮੂੰਹ ਵਿੱਚੋਂ ਨਾ ਨਿਕਲ ਜਾਂਦੀ ਆ। ਪਰ ਫਿਰ ਜਦੋਂ ਉਹ ਆਪਣੀ ਭੈਣ ਨੂੰ ਵਿਦਾ ਕਰਨ ਲੱਗਦਾ ਵਾ ਉਹਦੇ ਵਿਦਾਇਗੀ ਦਾ ਸਮਾਂ ਆ ਜਾਂਦਾ ਉਹ ਕਾਰ ਵਿੱਚ ਬੈਠੀ ਹੁੰਦੀ ਆ। ਉਸ ਨੂੰ ਪੈਸੇ ਦੇਣ ਲੱਗਦਾ ਵਾ ਤੇ ਉਸ ਨੂੰ ਪਿਛਲਾ ਸਾਰਾ ਸਮਾਂ ਚੇਤੇ ਆਉਂਦਾ ਕਿ ਕਿਸ ਤਰ੍ਹਾਂ ਉਸਦੀ ਭੈਣ ਉਸਦੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਨਾਲ ਰਹੀ ਆ ਕਿਸ ਤਰ੍ਹਾਂ ਉਹ ਇਕੱਠੇ ਸਮਾਂ ਬਤੀਤ ਕਰਦੇ ਰਹਿਆ ਹੁਣ ਉਸਦੀ ਭੈਣ ਕਿਸੇ ਅਜਿਹੀ ਜਗ੍ਹਾ ਤੇ ਚਲੀ ਆ ਜਿੱਥੇ ਕੋਈ ਛੇਤੀ ਨਹੀਂ ਜਾ ਸਕਦਾ ਹੋ ਸਕਦਾ ਛੇਤੀ ਉਹ ਖਾਤ ਵੀ ਨਾ ਪਾ ਸਕੇ ਤੇ ਹੋ ਸਕਦਾ ਕਿ ਉਹਨੂੰ ਛੇਤੀ ਮਿਲਣ ਵੀ ਨਾ ਜਾ ਸਕੇ ਤਾਂ ਉਸ ਦਾ ਮਾਨ ਜਿਹੜਾ ਵਾ ਬਹੁਤ ਜ਼ਿਆਦਾ ਪਸੇਜ ਜਾਂਦਾ ਜਦੋਂ ਉਹਦੀ ਝੋਲੀ ਦੇ ਵਿੱਚ ਉਹ ਸ਼ਗਨ ਪਾਉਣ ਲੱਗਦਾ ਤੇ ਉਸ ਵੇਲੇ ਉਹ ਜਿਹੜਾ ਵਾ ਉਹ ਮਾਨ ਬਦਲ ਲੈਂਦਾ ਤੇ ਆਪਣੇ ਛੋਟੇ ਵੀਰ ਨੂੰ ਉਥੋਂ ਉਠਾ ਕੇ ਕਾਰ ਦੇ ਵਿੱਚੋਂ ਭੈਣ ਦੇ ਲਾਗੂ ਤੇ ਗੰਦੇ ਕੱਪੜਿਆਂ ਦੇ ਨਾਲ ਹੀ ਬੈਠ ਜਾਂਦਾ ਫਿਰ ਉਹ ਆਪਣੇ ਘਰ ਦੇ ਪ੍ਰਤੀ ਬਹੁਤ ਜ਼ਿੰਮੇਵਾਰ ਹੈ ਉਸ ਉਸ ਨੂੰ ਕੋਈ ਵੀ ਤਿਆਰ ਹੋਣ ਦਾ ਨਹੀਂ ਫਿਕਰ ਉਹ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਆਪਣੇ ਕੱਪੜਿਆਂ ਦੀ ਵੀ ਪਰਵਾਹ ਨਹੀਂ ਕਰਦਾ ਤੇ ਜ਼ਿੰਮੇਵਾਰੀਆਂ ਬਖੂਬੀ ਨਿਪੁੰਹਦਾ ਹੈ ਇਸ ਤਰ੍ਹਾਂ ਅਖੀਰ ਦੇ ਵਿੱਚ ਜਿਹੜੀਆਂ ਉਸ ਦੀਆਂ ਕੁਐਸਚਨ ਆ ਸਕਦਾ ਕਿ ਜੀਤੋ ਜਿਹੜੀ ਆ ਉਹਦੀਆਂ ਸਹੇਲੀਆਂ ਕਿੰਨਾ ਕੁ ਨੂੰ ਪਿਆਰ ਕਰਦੀਆਂ ਜਾਂ ਉਹਦੀਆਂ ਭੈਣਾਂ ਉਸ ਨੂੰ ਕਿੰਨਾ ਕੁ ਪਿਆਰ ਕਰਦੀਆਂ ਇਹ ਅਸੀਂ ਜਦੋਂ ਸਾਰੀ ਕਹਾਣੀ ਪੜ੍ਹੀ ਆ ਉਸ ਦੇ ਵਿੱਚ ਅਸੀਂ ਦੇਖਿਆ ਕਿ ਜੀਤੋ ਦੀਆਂ ਭੈਣਾਂ ਤੇ ਸਹੇਲੀਆਂ ਜਿਹੜੀਆਂ ਵਾ ਉਹ ਬੜੇ ਰੋਹ ਦੇ ਨਾਲ ਬੜੇ ਦਰਦ ਦੇ ਨਾਲ ਉੱਚੀ ਉੱਚੀ ਰੋ ਰਹੀਆਂ ਸਨ ਉਸ ਦੀ ਵਿਦਾਇਗੀ ਦੇ ਸਮੇਂ ਉਹ ਉਹ ਉਸ ਦੇ ਜਾਣ ਸਮੇਂ ਆਪਣੇ ਦੁੱਖ ਨੂੰ ਨਹੀਂ ਸੀ ਬਰਦਾਸ਼ਤ ਕਰ ਸਕ ਰਹੀਆਂ ਤੇ ਉੱਚੀ ਉੱਚੀ ਰੋ ਰਹੀਆਂ ਸਨ ਇਸ ਤਰ੍ਹਾਂ ਉਸ ਦਾ ਜਿਹੜਾ ਪਿਆਰ ਹੈ ਘਰ ਦੇ ਵਿੱਚ ਪ੍ਰਤੱਖ ਨਜ਼ਰ ਆ ਰਿਹਾ ਕਿ ਜੀਤੋ ਇੱਕ ਬਹੁਤ ਹੀ ਪਿਆਰ ਕਰਨ ਵਾਲੀ ਸਹੇਲੀ ਆ ਤੇ ਭੈਣ ਇਹ ਜਿਹੜਾ ਪਾਠ ਵਾ ਇਸ ਦੇ ਵਿੱਚੋਂ ਤਾਨੂੰ ਕਿਹੋ ਜਿਹੀ ਸੱਭਿਆਚਾਰ ਦੀ ਝਲਕ ਨਜ਼ਰ ਆਉਂਦੀ ਹੈ ਇਸ ਕਹਾਣੀ ਦੇ ਵਿੱਚੋਂ ਸਾਨੂੰ ਸਾਡੇ ਪਿੰਡੂ ਸੱਭਿਆਚਾਰ ਦੀ ਝਲਕ ਨਜ਼ਰ ਆਉਂਦੀ ਹੈ ਕਿ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਮੇਲ ਬੈਠਣ ਨੂੰ ਇੰਨੀ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਮਿਲ ਕੇ ਬੈਠ ਕੇ ਸਾਰੇ ਰਿਸ਼ਤੇਦਾਰ ਕਿਸ ਮੌਕੇ ਤੇ ਸਿਰਫ ਇੱਕ ਵਿਆਹ ਦਾ ਹੀ ਮੌਕਾ ਵਾ ਜਿੱਥੇ ਕਿ ਸਾਰੇ ਭੈਣ ਭਰਾ ਰਿਸ਼ਤੇਦਾਰ ਮਿਲ ਕੇ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਦੇ ਹਨ ਫੇਰ ਇਥੋਂ ਇੱਕ ਖਾਸ ਝਲਕ ਦਿਖਦੀ ਆ ਕਿ ਉਹ ਧੀ ਦੇ ਵਿਆਹ ਨੂੰ ਸਾਰੇ ਰਿਸ਼ਤੇਦਾਰ ਥਾਂ ਥਾਈ ਆਪਣੀ ਜ਼ਿੰਮੇਵਾਰੀ ਸਮਝਦੇ ਹਨ ਕਿ ਸਾਡਾ ਬੋਝ ਹਲਕਾ ਹੋਵੇਗਾ ਤਾਂ ਉਹ ਜੀਤੋ ਦਾ ਵਿਆਹ ਉਸਤੇ ਭਰਾ ਦੇ ਵਿਆਹ ਦੇ ਕਰਨ ਦੀ ਥਾਂ ਤੇ ਜੀਤੋ ਦਾ ਵਿਆਹ ਹੀ ਰਚਾ ਲੈਂਦੇ ਹਨ ਇੱਕ ਪ੍ਰੇਮ ਭਰੇ ਸੱਭਿਆਚਾਰ ਦੀ ਝਲਕ ਇਥੋਂ ਨਜ਼ਰ ਆਉਂਦੀ ਹੈ ਇਸ ਕਹਾਣੀ ਵਿੱਚ ਕੀ ਗੁਣ ਹਨ ਤੇ ਕੀ ਹੁਨਤਾਈਆਂ ਹਨ ਏਜ ਇੱਕ ਪ੍ਰਸ਼ਨ ਆ ਜੇ ਤੇ ਤੁਸੀਂ ਇਸ ਦਾ ਉੱਤਰ ਲਿਖੋਗੇ ਤੇ ਇਸ ਦੇ ਇਸ ਕਹਾਣੀ ਵਿੱਚ ਗੁਣੇ ਹਨ ਕਿ ਕਹਾਣੀ ਪ੍ਰੇਮ ਪਿਆਰ ਤੇ ਸਾਡੇ ਸੱਭਿਆਚਾਰ ਨੂੰ ਦਰਸਾਉਂਦੀ ਹੈ ਜਿਸ ਦੇ ਨਾਲ ਸਾਨੂੰ ਇੱਕ ਪੁਰਾਣੇ ਸੱਭਿਆਚਾਰ ਦੀ ਝਲਕ ਇਸ ਦੇ ਵਿੱਚੋਂ ਵਿਆਹਾਂ ਦੀ ਝਲਕ ਦਿਖਾਈ ਦਿੰਦੀ ਹੈ ਤੇ ਊਣ ਤਾਂ ਹੀ ਕੀ ਆ ਕਿ ਬੱਚੇ ਨੂੰ ਛੋਟੀ ਉਮਰ ਵਿੱਚ ਹੀ ਵਿਆਹ ਦੇ ਲਈ ਤੋੜ ਦਿੰਦੇ ਆ ਵਿਆਹ ਦੇ ਬੰਨਾਂ ਵਿੱਚ ਬੰਨ੍ਹ ਦਿੰਦੇ ਉਹ ਉਸ ਦੀ ਉਮਰ ਦੇ ਵਾਅਦੇ ਵੱਲ ਕੋਈ ਧਿਆਨ ਉਹਦੇ ਮਾਪੇ ਨਹੀਂ ਦਿੰਦੇ ਚ ਉਹ ਸਿਰਫ ਆਪਣੇ ਕਾਠ ਨੂੰ ਹੀ ਐਵੇਂ ਦਿੰਦੇ ਇਸ ਵਿੱਚ ਕਮੀ ਪਾਈ ਗਈ ਹੈ ਪਿਆਰੇ ਬੱਚਿਓ ਮੈਂ ਆਪਣੇ ਪੂਰੇ ਮਨ ਨਾਲ ਪੂਰੇ ਮੋਹ ਨਾਲ ਪੂਰੇ ਜੋਸ਼ ਨਾਲ ਤੁਹਾਨੂੰ ਕਹਾਣੀ ਸਮਝਾਉਣ ਦੀ ਸੁਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਆਸ ਕਰਦੀ ਆ ਕਿ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗੀ ਹੋਵੇਗੀ ਤੇ ਦੇ ਬਿਆਸੀ ਪ੍ਰਸ਼ਨ ਵੀ ਤੁਸੀਂ